ਚਲੋ ਪੁੱਤ ਤੇ ਜੋਬਨ ਹੋ ਗਿਆ ਤਿਆਰ? ਜੋਬਨ ਨਾਲ ਨਹੀਂ ਮੈਂ ਗਿਆ, ਤੁਸੀਂ ਪੁੱਛ ਲਓ ਆ ਵੀ ਜੇ ਹੋ ਗਿਆ ਤਿਆਰ ਤਾਂ ਫਿਰ ਚੱਲੀਏ। ਚੱਲ ਪੁੱਤ ਇਸ ਕੰਮ ਦਾ ਤੈਨੂੰ ਬੜਾ ਹੀ, ਤੇਰਾ ਵੀ ਚਾਹ ਲੱਥ ਹੀ ਚੱਲਿਆ। ਉਹ ਵੇਖ ਲਾ ਤਾਂ ਸੁਭਾਅ ਵੀ ਚਵਲ ਜਾ, ਤੇਰੇ ਗਾਲੀ ਨਾ ਪੈ ਜੇ। ਨਹੀਂ ਨਹੀਂ ਉੱਥੇ ਬਾਹਰ ਬਹਿਨੇ ਸਾਜਣੇ, ਮੈਂ ਵੀ ਇੱਕ ਮਿੰਟ ਆ ਗਿਆ, ਬਸ ਨਹੀਂ ਬੈਠੋ ਬਾਹਰ। ਚਲੋ ਆ ਜਾਓ। ਐਂਡ ਆ ਵਾ ਬਾਹਰ ਆਓ ਤੇ ਮੈਂ ਹਿਸਾਬ ਕਿਤਾਬ ਜਿਹੜਾ ਉਹ ਨਿਬੇੜਨਾ ਤੁਹਾਡੇ ਨਾਲ ਸਾਰਾ। ਹਿਸਾਬ ਕਿਤਾਬ ਕਿੱਦਾਂ ਨਿਬੇੜਨਾ? ਓਏ ਆਹੋ ਘਰ ਦਾ ਹੀ ਹਿਸਾਬ ਕਿਤਾਬ ਨਿਬੇੜਨਾ, ਹੋਰ ਕਿਹੜਾ ਨਿਬੇੜਨਾ ਉਹਨੇ। ਨਿਬੇੜਨ ਤੋਂ ਪਹਿਲਾਂ ਨਾ ਉਹਨੂੰ ਸਹੁੰ ਚੁਕਾਓ ਕਿ ਮੈਂ ਇਹ ਘਰ ਦੇ ਵਿੱਚੋਂ ਕੁਛ ਨਹੀਂ ਖਾਧਾ ਹੈਗਾ। ਸਹੁੰ ਸਾਂ ਨਹੀਂ ਮੈਂ ਚੁਕਾਉਣੀ, ਅੱਗੇ ਤੇ ਕਿੰਨੀਆਂ ਸ਼ਰਤਾਂ ਉਹਨਾਂ ਨੇ ਮੰਨ ਲਈਆਂ, ਹੁਣ ਸਹੁੰ ਕਿੱਥੋਂ ਚੁੱਕਣੀ ਇਹਨਾਂ ਨੇ। ਹਰਪਿੰਦਰ ਉਰਾ ਆ ਗੱਲ ਸੁਣ ਮੇਰੀ। ਆ ਗਈ ਮੈਂ। ਹਾਂਜੀ ਮੈਨੂੰ ਸਮਝ ਨਹੀਂ ਆਉਂਦੀ ਵੀ ਘਰ ਵਿੱਚ ਕੀ ਚੱਲਣ ਡਿਆ ਵਾ। ਮੰਮੀ ਘਰ ਵਿੱਚ ਕੀ ਚੱਲਣ ਡਿਆ ਆ? ਲਵਲੀ ਕਹਿਣ ਡਿਆ ਵੀ ਰੁਪਿੰਦਰ ਦੇ ਡੈਡੀ ਨੇ ਮੈਨੂੰ ਨੌਕਰੀ ਲੱਭਤੀ ਆ। ਨੌਕਰੀ ਮੰਮੀ ਜੀ ਇੱਦਾਂ ਹੀ ਵੀ ਇਹ ਆਖਣ ਦੇ ਸੀ ਵੀ ਘਰਦਿਆਂ ਨੇ ਮੇਰਾ ਸੋਚਿਆ ਕੁਛ ਨਹੀਂ ਆ, ਜੇ ਮੈਨੂੰ ਪਹਿਲਾਂ ਲਵਾਉਂਦੇ ਕਿਤੇ ਤੇ ਚਲੋ ਮੈਨੂੰ ਵੀ ਆਹ ਨੌਬਤ ਨਾ ਆਉਂਦੀ। ਤੇ ਹੁਣ ਡੈਡੀ ਜੀ ਆਖਣ ਦੇ ਸੀ ਉੱਥੇ ਵੀ ਲਾਗੇ ਹੈਗਾ ਆ ਤੇ ਉੱਥੇ ਕਿਤੇ ਲਵਾ ਦਿੰਦੇ ਆ। ਅੱਛਾ ਤੇ ਚਲੋ ਸੈਲਰੀ ਵੀ ਵਧੀਆ ਆ ਮਿਲ ਜਾਂਦਾ ਵਾ, 25-30 ਹਜ਼ਾਰ ਰੁਪਇਆ ਆਖਦੇ ਕਿ ਬਣ ਜਾ ਕਰਨਾ ਮਹੀਨੇ ਦਾ। ਅੱਛਾ ਆਪਣੇ ਘਰ ਦੀ ਹੁੰਦੀ ਆ। ਚਲੋ ਮੁੰਡਿਆਂ ਨੇ ਤਾਂ ਚਲੋ ਜਾਣੇ ਕਿਤੇ ਨਾ ਕਿਤੇ ਕੰਮ ਕਰਨਾ ਹੀ ਆ ਤੇ ਕੁੜੀਆਂ ਦਾ ਚਲੋ ਹੁੰਦਾ ਕਿਸੇ ਦਾ ਮਨ ਕਰਦਾ ਲਵਾਉਣ ਨੂੰ, ਕਿਸੇ ਦਾ ਨਹੀਂ ਜੀ ਕਰਦਾ ਲਵਾਉਣ ਨੂੰ। ਚੱਲ ਉਹ ਤਾਂ ਗੱਲ ਤੇਰੀ ਠੀਕ ਆ, ਫਿਰ ਇਹ ਕਹਿਣ ਡਿਆ ਵੀ ਮੈਨੂੰ ਵੱਖਰੇ ਕਰ ਦਿਓ ਤੇ ਪੈਲੀ ਜਿਹੜੀ ਆ ਮੈਨੂੰ ਦੇ ਦਿਓ ਮੇਰੀ, ਉਹ ਤੁਹਾਡੀ ਦੋਵਾਂ ਜਾਣਿਆਂ ਦੀ ਸਲਾਹ ਵਾ। ਮੰਮੀ ਜੀ ਉਹ ਗੱਲ ਦਾ ਨਹੀਂ ਗਾ ਮੈਨੂੰ ਪਤਾ ਹੈਗਾ ਵੀ ਕੀ ਗੱਲਬਾਤ ਚੱਲਣ ਦੀ ਆ ਤੇ ਕੀ ਨਹੀਂ ਚੱਲਣ ਦੀ, ਉਹ ਦੀ ਸਲਾਹ ਇਹਨਾਂ ਦੇ ਨਾਲ ਕਰ ਲਓ, ਪੁੱਛ ਲਓ ਇਹਨਾਂ ਨੂੰ। ਅਕਸਰ ਤੁਸੀਂ ਦੋਵਾਂ ਜੀਆਂ ਨੇ ਸਲਾਹ ਕਰਕੇ ਫਿਰ ਹੀ ਇਹ ਗੱਲ ਤੋਰੀ ਹੋਊਗੀ ਨਾ। ਮੰਮੀ ਜੀ ਮੈਨੂੰ ਇਹ ਗੱਲ ਦਾ ਕੋਈ ਨਹੀਂ ਗਾ ਪਤਾ ਹੈਗਾ, ਇਹ ਬਸ ਮੈਨੂੰ ਇੰਨਾ ਕਹਿੰਦੇ ਸੀ ਕਿ ਡੈਡੀ ਜੀ ਨੂੰ ਪੁੱਛੋ ਪਿੰਡ ਵੀ ਕਿੱਦਾਂ ਵਾ ਵੀ ਕੰਮ ਕੁੰਮ ਹੈਗਾ ਵਧੀਆ ਲੱਗ ਜਾਂਦੇ ਆ, ਉਹ ਮੈਂ ਪੁੱਛਿਆ ਸੀ ਉਹਨਾਂ ਨੂੰ ਤੇ ਉਹ ਕਹਿੰਦੇ ਸੀ ਕੋਈ ਨਹੀਂ ਲਵਾ ਦਾਂਗੇ। ਇੰਨੀ ਗੱਲ ਦਾ ਪਤਾ ਹੈ, ਬਾਕੀ ਨਹੀਂ ਮੈਨੂੰ ਪਤਾ ਵੀ ਕੀ ਕਰਨ ਦੇ ਆ ਤੇ ਕੀ ਨਹੀਂ ਕਰਨ ਦੇ। ਨਹੀਂ ਜੀ ਅੱਡ ਹੋ ਜਾਓਗੇ ਮੰਨ ਲਓ ਤਾਂ ਫਿਰ ਇੱਕੋ ਘਰ ਵਿੱਚ ਹੀ ਰਹਿਣਾ ਪੈਣਾ, ਇੱਕੋ ਰਸੋਈ ਹੈ, ਇੱਕੋ ਹੀ ਘਰ ਵਾ, ਫਿਰ ਵੇਖ ਲਓ ਇਹਦੇ ਵਿੱਚ ਟਾਈਮ ਪਾਸ ਕਰਨਾ ਪੈਣਾ ਜੇ ਤੁਹਾਨੂੰ। ਚਲੋ ਉਹ ਤਾਂ ਵੀ ਕਰਨਾ ਹੀ ਪੈਣਾ ਫਿਰ, ਜੋ ਕੀ ਕਰਨਾ ਆ ਤੇ ਪਰ ਮੈਨੂੰ ਇੰਨਾ ਨਹੀਂ ਗਾ ਪਤਾ ਗੱਲ ਦਾ, ਉਹ ਤੁਸੀਂ ਪੁੱਛ ਲਓ ਇਹਨਾਂ ਨੂੰ ਜਾ ਕੇ। ਨਾਲੇ ਪੁੱਤ ਮੈਂ ਇੱਕ ਗੱਲ ਹੋਰ ਕਰਨੀ ਆ ਵੀ ਤੁਹਾਨੂੰ ਪਹਿਲੀ ਦੂਜੇ ਹਿੱਸੇ ਦੀ ਨਹੀਂ ਮਿਲਣੀ, ਤੀਜੇ ਦੀ ਮਿਲਣੀ ਆ, ਅਸੀਂ ਵੀ ਦੋਵਾਂ ਜੀਆਂ ਨੇ ਆਪਣਾ ਹਿੱਸਾ ਕੱਢਣਾ ਵਾ। ਮੰਮੀ ਜੀ ਹਿੱਸਾ ਕੱਢਣ ਦੀ ਕਾਹਦੀ ਲੋੜ ਵਾ, ਜੇ ਤੁਸੀਂ ਉੱਧਰ ਰਹਿਣਾ ਹੋ ਉੱਧਰ ਰਹਿ ਲਿਓ, ਜੇ ਸਾਡੇ ਵੱਲ ਰਹਿਣਾ ਹੋ ਸਾਡੇ ਵੱਲ ਰਹਿ ਲਿਓ। ਸਾਡੀਆਂ ਦੋ ਰੋਟੀਆਂ ਫਿਰ ਭਾਰੂ ਹੋਣੀਆਂ ਵਾ, ਜੇ ਤੇਰੇ ਵੱਲ ਹੋਏ ਤਾਂ ਕਹਿਣਾ ਮਾਈ ਬੁੱਢਾ ਮੇਰੇ ਵੱਲ ਆਣ ਕੇ ਬਹਿ ਗਏ, ਤੇ ਜੇ ਉਹਦੇ ਵੱਲ ਹੋਏ ਤਾਂ ਉਹਨੇ ਗੱਲਾਂ ਕਰਨੀਆਂ ਵਾ। ਮੈਂ ਜੇ ਚੰਗੀ ਭਲੀ ਹਾਂ ਮੈਂ ਆਪਣੀ ਰੋਟੀ ਪਕਾ ਸਕਦੀ ਹਾਂ, ਤਾਂ ਅਸੀਂ ਆਪਣਾ ਹਿੱਸਾ ਲੈਣਾ ਵਾ, ਤੁਸੀਂ ਆਪਣਾ ਪਕਾਓ ਖਾਓ ਤੇ ਅਸੀਂ ਆਪਣਾ ਪਕਾਵਾਂਗੇ ਖਾਵਾਂਗੇ। ਮੰਮੀ ਜੀ ਹਿੱਸਾ ਕੱਢਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਤੇ ਜੇ ਨਹੀਂ ਗੱਲ ਤਾਂ ਫਿਰ ਇਕੱਠੇ ਰਹਿੰਦੇ ਹੋ, ਜਿੱਦਾਂ ਚੱਲਣ ਡਿਆ ਕੰਮ ਚੱਲਦਾ ਰਹਿਣ ਦਿੰਦੇ ਹੋ, ਤੁਸੀਂ ਗੱਲ ਤੋਰੀ ਆ ਵੀ ਵੱਖਰੇ ਹੋਣਾ ਵਾ ਤੇ ਚਲੋ ਹੋ ਜਾਓ ਕੋਈ ਗੱਲ ਨਹੀਂ। ਤੇ ਮੰਮੀ ਜੀ ਘਰ ਵਿੱਚ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਵਾ ਤੇ ਫਿਰ ਇਹੋ ਕੁਛ ਹੀ ਹੋਣਾ ਫਿਰ ਹੋਰ ਕੀ। ਆਹੋ ਕੋਈ ਨਹੀਂ, ਤੀਜੇ ਹਿੱਸੇ ਡੈਡੀ ਤੇਰੇ ਕਹਿਣ ਦੇ ਪੈਲੀ ਤੁਹਾਨੂੰ ਦੇ ਦਿੰਦੇ ਆ ਤੇ ਆਪਣੀ ਵਾਓ ਤੇ ਖਾਓ। ਕੋਈ ਨਹੀਂ ਤੁਸੀਂ ਕਰ ਲਓ ਸਲਾਹ ਇਹਨਾਂ ਨਾਲ ਕੀ ਕਹਿੰਦੀ। ਕੋਈ ਨਹੀਂ ਮੈਂ ਪੁੱਛ ਲੈਂਦੀ ਇਹਨੂੰ ਵੀ ਇਹ ਕੀ ਜਾਂਦਾ। ਪੁੱਛ ਲਓ ਕੋਈ ਸਲਾਹ ਤਾਂ ਤੁਹਾਡੀ ਦੋਵਾਂ ਜੀਆਂ ਦੀ ਆ, ਉਹਨੂੰ ਪੁੱਛ ਲਓ ਉਹਨੂੰ ਪੁੱਛ ਲਓ, ਤੇਰੇ ਪੁੱਛੇ ਤੋਂ ਬਿਨਾਂ ਤਾਂ ਨਹੀਂ ਉਹਨੇ ਗੱਲ ਕਰ ਲਈ, ਤੇਰੇ ਨਾਲ ਸਲਾਹ ਕੀਤੀ ਆ ਤੇ ਫਿਰ ਹੀ ਬਾਹਰ ਆਣ ਕੇ ਗੱਲ ਕੀਤੀ ਆ। ਦੇਖਾਂ ਮਾਤਾ ਕਿੱਡੀ ਚਲਾਕ ਵਾ, ਕਿੱਡੇ ਉੱਤੋਂ ਦੀ ਵੱਲਦੇ ਆ ਹੁਣ। ਨਹੀਂ ਜੀ ਇਹ ਦੋ ਹਿੱਸੇ ਨਹੀਂ ਹੋਣੇ, ਤਿੰਨ ਹਿੱਸੇ ਹੋਣੇ ਆ। ਨਹੀਂ ਬੰਦਾ ਇਹਨਾਂ ਨੂੰ ਇੰਨਾ ਪੁੱਛੇ ਵੀ ਜਿੱਧਰ ਤੁਸੀਂ ਰਹਿਣਾ ਵਾ ਉੱਧਰ ਤੁਹਾਨੂੰ ਰੋਟੀ ਨਾ ਮਿਲੂਗੀ, ਜੇ ਤੁਸੀਂ ਉੱਧਰ ਰਹਿਣਾ ਹੋ ਉੱਧਰ ਦੋ ਫੁਲਕੇ ਖਾ ਲਿਓ, ਜੇ ਇੱਧਰ ਰਹਿਣਾ ਹੋ ਇੱਧਰ ਖਾ ਲਿਓ। ਬਹੁਤੀ ਚਲਾਕ ਵਾ ਕਿਤੇ। ਚਲੋ ਕੋਈ ਗੱਲ ਨਹੀਂ, ਤਾਂ ਘੱਟ ਤਾਂ ਮੈਂ ਵੀ ਨਹੀਂ ਹਾਂ, ਸਾਰਾ ਕਸੂਰ ਆ ਜੋਤ ਦਾ ਵਾ।
ਇਹਨੂੰ ਕਿਤੇ ਦੋਈ ਕੱਸ ਕੇ ਰੱਖਿਆ ਹੁੰਦਾ ਨਾ ਤਾਂ ਹੁਣ ਆਹ ਨੌਬਤ ਨਹੀਂ ਆਉਣੀ। ਪਈ ਹੁੰਦੀ ਕਿਤੇ ਮੇਰੇ ਵਾਸਤੇ ਪਹਿਲਾਂ ਤਾਂ ਤੀਰ ਵਾਂਗੂ ਸਿੱਧੀ ਕਰ ਦੇਣੀ। ਇੱਕ ਤਾਂ ਮੈਂ ਇਰਾਦਾ ਬਣਦੇ ਇਹਨਾਂ ਨੂੰ ਦੱਸਾਂ ਸਾਰੀ ਗੱਲ ਵੀ ਆਹ ਕੁਛ ਹੋਣ ਦਿਆ ਜੇ। ਆ ਮੇਰੀ ਗੱਲ ਸੁਣਿਓ ਮਾੜੀ ਜੀ। ਕੀ ਗੱਲ ਹੋ ਗਈ ਆ ਹੁਣ? ਗੱਲ ਕੀ ਹੋਣੀ ਆ? ਮੰਮੀ ਮੈਨੂੰ ਆਵਾਜ਼ਾਂ ਮਾਰਨ ਦੇ ਸੀ। ਕੀ ਆਂਦੇ ਆ? ਮੈਂ ਘਰੇ ਕਿਹੜੀ ਗੱਲ ਕਰਨੀ ਆ? ਆਹੋ ਉਹੀ ਪੈਲੀ ਵੱਲੋਂ ਡੇ ਸੀ। ਪੈਲੀ ਵੱਲੋਂ ਡੇ ਸੀ? ਕੀ ਆਂਦੇ ਕਰਾ ਦੇਣੇ ਨਾ? ਇਹ ਤੁਸੀਂ ਆਖਦੇ ਵੀ ਅਸੀਂ ਵੱਖ ਹੋ ਜਾਣਾ ਮੰਮੀ ਜੀ। ਮੈਂ ਕਿਹਾ ਮੈਨੂੰ ਕੋਈ ਗੱਲ ਦਾ ਨਹੀਂ ਗਾ ਪਤਾ ਕਿ ਵੱਖ ਹੋਣਾ ਕਿ ਨਹੀਂ ਹੋਣਾ। ਉਹਨਾਂ ਨੇ ਨੌਕਰੀ ਵੱਲੋਂ ਕਿਹਾ ਸੀ ਤੇ ਮੈਂ ਉਹ ਪਿੰਡ ਫੋਨ ਕੀਤਾ ਸੀ। ਅੱਛਾ, ਉਹ ਆਖਦੇ ਸੀ ਕੋਈ ਨੀ ਆਪਾਂ ਲਵਾ ਦਾਂਗੇ ਉੱਥੇ। ਨਹੀਂ, ਪੈਲੀ ਵੱਲੋਂ ਕੀ ਆਂਦੇ ਆ ਹੁਣ? ਪੈਲੀ ਵੱਲੋਂ ਪਤਾ ਕੀ ਕਹਿੰਦੇ ਆ? ਅਜੇ ਜੀ ਦੋ ਹਿੱਸੇ ਨਹੀਂ ਕੱਢਣੇ, ਤਿੰਨ ਕੱਢਣੇ ਆ। ਅਸੀਂ ਆਪਣਾ ਵੱਖਰਾ ਹਿੱਸਾ ਕੱਢਣਾ ਵਾ। ਤਿੰਨ ਹਿੱਸੇ ਗੱਲ ਹੀ ਕੱਢਣੇ ਆ? ਜਿੱਥੋਂ ਤੁਸੀਂ ਰੋਟੀ ਖਾਣੀ ਖਾਈ ਜਾਇਓ, ਭਾਵੇਂ ਉਧਰੋਂ ਖਾਈ ਜਾਇਓ, ਭਾਵੇਂ ਇਧਰੋਂ ਖਾਈ ਜਾਇਓ। ਨਾ, ਅਸਾਂ ਨੂੰ ਰੋਟੀ ਦੀ ਆਸ ਕਿੱਥੋਂ ਆ? ਕੀ ਪਤਾ ਉਹਨੇ ਵੀ ਸਾਨੂੰ ਦੇਣੀ ਆ ਕਿ ਨਹੀਂ ਦੇਣੀ, ਤੇਰਾ ਵੀ ਕੀ ਪਤਾ ਵਾ? ਤਾਂ ਤੀਜੇ ਹਿੱਸੇ ਜਾਣ ਕੇ ਆਉਣਾ ਸਵਾਹ ਆਉਣਾ ਵਾ, ਕਿੱਲਾ ਡੇਢ ਕਿੱਲਾ ਆਉਣਾ ਸਾਰਾ। ਨਹੀਂ, ਇੰਨਾ ਬੰਦਾ ਪੁੱਛੇ ਵੀ ਚਲੋ ਹੁਣ ਤਾਂ ਤੁਰੇ ਫਿਰਦੇ ਆ। ਉਹ ਯਾਰ, ਇਹਨਾਂ ਨੇ ਰਹਿਣਾ ਜੋ ਬਣਾ ਲਵਾ, ਮੈਨੂੰ ਪਤਾ ਵਾ ਇਹਨਾਂ ਦਾ, ਤੇ ਪੈਲੀ ਵੀ ਉਹਨੂੰ ਵੱਧ ਦਵਾਉਣੀ ਇਹਨਾਂ ਨੇ। ਚੱਲ ਕੋਈ ਗੱਲ ਨਹੀਂ, ਜਿਹੜਾ ਹਿੱਸਾ ਉਹਨਾਂ ਨੂੰ ਜਾਣਾ ਉਹਨੂੰ ਹੀ ਜਾਣਾ ਬਾਅਦ ਵਿੱਚ। ਜਿੰਨੇ ਦਿੰਦੇ ਆ ਨਾ ਉਹਨਾਂ ਹੀ ਰੱਖ ਲੈਂਦੇ ਆ, ਠੀਕ ਆ? ਤਾਂ ਚੁੱਪ ਕਰਕੇ ਤੇ ਅਸੀਂ ਪਿੰਡ ਚੱਲ ਜਾਂਦੇ। ਉਹ ਫਿਰ ਇੱਦਾਂ ਹੀ ਕਰਨਾ ਪੈਣਾ ਫਿਰ? ਆ ਜੇ ਨਹੀਂ ਇੱਥੇ ਰੋਕ ਆਉਂਦੇ ਤੇ ਇਹਨਾਂ ਨੂੰ ਦੇ ਦਿੰਦੇ ਆ ਚੇਤਾਵਨੀ ਵੀ ਅਸੀਂ ਉੱਥੇ ਚੱਲ ਜਾਣਾ, ਸਾਨੂੰ ਜਿੰਨਾ ਹਿੱਸਾ ਆਉਂਦਾ ਸਾਨੂੰ ਦੇ ਦਿਓ, ਤੀਜਾ ਹੀ ਦੇ ਦਿਓ ਸਾਨੂੰ। ਪਰ ਪਹਿਲਾਂ ਲਿਓ ਇੱਥੋਂ, ਵਾਰ ਵਾਰ ਕਹਿੰਦੀ ਆ ਮੈਂ। ਕੋਈ ਗੱਲ ਨਹੀਂ, ਮੈਂ ਕਰ ਲੈਂਦਾ ਮੈਂ ਗੱਲ ਉਹਨਾਂ ਨਾਲ। ਜੇ ਇੱਥੋਂ ਮਿਲ ਗਿਆ, ਪਹਿਲਾਂ ਮਿਲ ਗਿਆ, ਮੁੜ ਕੇ ਨਾ ਆਸ ਰੱਖਿਓ ਵੀ ਸਾਨੂੰ ਮਿਲ ਜੂ ਪਹਿਲੀ ਇੱਥੋਂ। ਕੋਈ ਗੱਲ ਨਹੀਂ, ਪਹਿਲਾਂ ਤਾਂ ਰਫੜ ਪਾਉਂਦਾ ਵਾ ਵੀ ਤੁਸੀਂ ਕੱਲ ਹੀ ਹਿੱਸਾ ਕੱਢਣਾ ਵਾ। ਜਿੱਥੋਂ ਰੋਟੀ ਖਾਣੀ ਖਾਈ ਜਾਇਓ, ਦੋ ਬੁਰਕੀਆਂ ਖਾਣੀਆਂ ਉੱਥੋਂ ਤੁਸੀਂ। ਉਹਨਾਂ ਨਹੀਂ ਗਾ ਮੰਨਣਾ? ਚੱਲ ਨਾ ਮੰਨਣਗੇ ਤੇ ਕਹਾਂਗੇ ਫਿਰ ਦੇ ਦਿਓ ਤੀਜਾ ਹਿੱਸਾ ਦੇ ਦਿਓ। ਮਾਤਾ ਉਹ ਬੜੀ ਤੇਜ਼ ਵਾ ਵੀ ਘੱਟ ਨਹੀਂ ਆ। ਓਏ ਆਹੋ, ਉਹ ਤਾਂ ਹੈ ਹੀ ਆ ਹੁਣ, ਪਰ ਹੁਣ ਕਰੀਏ ਕੀ? ਫਸੇ ਆ ਹੁਣ ਚਾਰੇ ਬੰਨੇ। ਕੋਈ ਨਹੀਂ, ਤੁਸੀਂ ਗੱਲ ਕਰਕੇ ਵੇਖੋ ਇੱਕ ਵਾਰ। ਕੋਈ ਗੱਲ ਨਹੀਂ, ਕਰ ਲੈਂਦੇ ਆ ਗੱਲ। ਥੋੜੀ ਬਹੁਤੀ ਗੱਲ ਕਰੋਗੇ ਤੇ ਫਿਰ ਹੀ ਆ। ਮੰਮੀ ਨਾਲ ਹੀ ਕਰਨਾ ਵਾ ਜਾ ਕੇ, ਇੱਕ ਜਦ ਉਹਨਾਂ ਦੇ ਪੈਰਾਂ ਦੇ ਪਾਣੀ ਜਿੱਦਾਂ ਮੰਮੀ ਨੇ ਕਰਨਾ ਉਦਾਂ ਹੀ ਡੈਡੀ ਨੇ ਕਰਨਾ। ਕੋਈ ਗੱਲ ਨਹੀਂ, ਤੁਸੀਂ ਕਰੋ ਗੱਲ ਇੱਕ ਵਾਰ, ਕਰ ਵੀ ਲਿਓ ਹੁਣ। ਬਸ ਇਦਾਂ ਹੀ ਤੁਰੇ ਫਿਰਦੇ ਆ, ਮੈਂ ਜ਼ਿਆਦਾ ਗੱਲ ਤਾਂ ਤੁਸੀਂ ਕਰਦੇ ਹੀ ਨਹੀਂ ਘਰ ਦੇ ਵਿੱਚ। ਜੋ ਤਾਂ ਗੱਲ ਸੁਣੀ ਮੇਰੀ। ਹਾਂਜੀ ਮੰਮੀ। ਪੁੱਤ ਲਿਆ ਹਾਂ ਬਾਲਣ ਤੇ ਅੱਗ ਬਾਲੀਏ, ਲਿਆਉਂਦੀ ਆ। ਕੀ ਧਰਨ ਲੱਗੇ ਜੇ? ਧਰਨਾ ਕੀ, ਠੰਡ ਬੜੀ ਲੱਗਣ ਡਈ ਆ, ਦਾਲ ਦੂਲ ਇੱਥੇ ਬਣਾ ਲੈਂਦੇ ਤੇ ਲਾਗੇ ਬਹਿ ਜਾਂਦੇ ਆ। ਚਲੋ ਕੋਈ ਨਹੀਂ, ਲਿਆਉਂਦੀ ਆ। ਮੈਂ ਤੈਨੂੰ ਲੱਭਦੀ ਲੱਭਦੀ ਮੈਂ ਵੇਖਣ ਡਈ ਹਾਂ ਤੇ ਤੁਸੀਂ ਆਵਾਜ਼ ਮਾਰੀ ਲਈ ਤੇ ਇੱਥੇ ਬੈਠੀ ਪਈ। ਇਹ ਮੇਰੇ ਨਾਲ ਆ ਗਈ ਇੱਥੇ, ਦੇਖ ਜਾਣੀ ਤੂੰ। ਮੈਂ ਲਿਆਉਂਦੀ ਆ ਫਿਰ। ਬਹਿ ਜਾ, ਸੱਚ ਮੈਨੂੰ ਇੱਕ ਗੱਲ ਚੇਤੇ ਆਈ ਆ। ਹਾਂਜੀ। ਵੀ ਜੋਬਨ ਨੂੰ ਕਹੀਂ ਵੀ ਕੱਲ ਨੂੰ ਤਿਆਰ ਹੋ ਛੱਡੇ। ਕਿਉਂ, ਕਿੱਥੇ ਜਾਣਾ? ਡੈਡੀ ਤੇਰੇ ਕਹਿਣ ਡੇ ਵੀ ਜਾ ਕੇ ਤੇ ਮੈਂ ਪੈਲੀ ਇਹਨਾਂ ਦੇ ਨਾਂ ਕਰ ਹੀ ਦਿੰਦਾ ਵਾਂ। ਪੈਲੀ ਨਾਂ ਕਰ ਦਿੰਦਾ? ਆਹੋ, ਫਿਰ ਉਹ ਡਿਆ ਵਾ ਤੰਗੀ ਦੇਣ ਤੇ ਸਾਡੇ ਵੱਲੋਂ ਵੇਚ ਲੈ ਜੋ ਮਰਜ਼ੀ ਕਰ ਲੈ। ਤੇ ਇੱਕ ਗੱਲ ਇਹ ਵੀ ਆ ਵੀ ਅਸੀਂ ਤਿੰਨ ਹਿੱਸੇ ਕਰਨੇ, ਇਵੇਂ ਆਪਣਾ ਹਿੱਸਾ ਕੱਢਣਾ ਵਾ। ਆਉਂਦਾ ਕੀ ਆ ਹੁਣ, ਉਹਦੀ ਸਲਾਹ ਕੀ ਬਣਦੀ ਆ? ਉਹਨੇ ਤੇਰੇ ਡੈਡੀ ਨੂੰ ਹੀ ਕਿਹਾ ਸੀ ਵੀ ਨਾ ਕਰ ਦਿਉ ਮੇਰੇ ਪੈਲੀ। ਅੱਛਾ, ਅਤੇ ਮੇਰੇ ਸਹੁਰਿਆਂ ਤੋਂ ਮੈਨੂੰ ਆਉਂਦੇ ਹੀ ਆ ਅਤੇ ਇਹ ਮੈਨੂੰ ਕਹਿਣ ਡੇ ਵੀ ਮੇਰਾ ਇਰਾਦਾ ਕਰਦਾ, ਦੋ ਦੋ ਕਿੱਲੇ ਆਉਣੇ ਆ ਤੇ ਤਿੰਨੇ ਜਣੇ ਦੋ ਦੋ ਲੈ ਲੈਂਦੇ ਆ। ਪਰ ਮੰਮੀ ਵੇਖ ਲਓ, ਸਮਝਾਇਆ ਵੀ ਨਹੀਂ ਸਮਝ ਲੱਗੀ ਨਾ ਇਹਨੂੰ। ਉਹ ਤਾਂ ਪੱਥਰ ਵਾ ਪਾਣੀ ਪਾਇਆ, ਉਹੀ ਗੱਲ ਵੀ ਤਿਲੱਕੇ ਠਾਂ, ਕੋਈ ਅਸਰ ਹੀ ਨਹੀਂ ਹੈਗਾ। ਹੁਣ ਜੇ ਤੁਸੀਂ ਕਿਹਾ ਵਾ ਵੀ ਤਿੰਨ ਹਿੱਸੇ ਕਰਨੇ, ਫਿਰ ਵੀ ਨਹੀਂ ਇਹਨੂੰ ਮਾਸਾ ਲੱਗੀ ਵੀ ਮੇਰੇ ਕੋਲ ਆਉਣਾ ਕੀ ਆ। ਤੇਰੇ ਪਿਓ ਨੇ ਤਾਂ ਪਤਾ ਨਹੀਂ ਗੱਲ ਕੀਤੀ ਕਿ ਨਹੀਂ, ਮੈਂ ਹਰਪਿੰਦਰ ਨੂੰ ਕਿਹਾ ਸੀ ਵੀ ਤਿੰਨ ਹਿੱਸੇ ਕਰਨੇ ਤੇ ਮੈਨੂੰ ਕਹਿੰਦੀ ਤਿੰਨ ਕੀ ਕਰਨੇ ਆ, ਹਿੱਸੇ ਦੋ ਕਰੋ, ਰੋਟੀ ਖਾਣੀ ਭਾਵੇਂ ਸਾਡੇ ਵੱਲੋਂ ਖਾ ਲਿਓ ਭਾਵੇਂ ਉਧਰੋਂ ਖਾ ਲਿਓ। ਇਹ ਕਿਹੜੀ ਗੱਲੋਂ, ਜਿਹਨੇ ਘਰ 'ਚ ਰਹਿਣਾ ਇਹੋ ਗੱਲ ਕਹੀ ਨਾ? ਮੈਂ ਇਹ ਗੱਲ ਰੋਟੀ ਦੀ ਨਹੀਂ, ਤੇਰੇ ਵੱਲ ਆਣ ਕੇ ਬੈਠੇ ਤੇ ਤੂੰ ਕਹਿਣਾ ਵੀ ਇਹ ਮੇਰੇ ਸਿਰ 'ਤੇ ਬੈਠੇ ਆ। ਜੇ ਮੈਂ ਉੱਧਰ ਗਏ ਤਾਂ ਉਹਨੇ ਗੱਲਾਂ ਕਰਨੀਆਂ ਵਾਂ ਤੇ ਮੈਂ ਤਾਂ ਆਪ ਪਕਾ ਸਕਦੀ ਹਾਂ ਜੇ ਰੋਟੀ, ਨਾਲੇ ਮੈਂ ਕੱਲ੍ਹ ਨੂੰ ਰਿਸ਼ਤੇਦਾਰੀ 'ਚ ਨਹੀਂ ਮਿਲਣਾ ਜੇ। ਉਹ ਤਾਂ ਗੱਲ ਹੈਗੀ ਆ, ਮੈਂ ਫਿਰ ਗਾੜੀ ਹੱਥ ਡਾਊਂਗੀ ਵੀ ਮੈਨੂੰ ਪੈਸੇ ਦਿਓ ਤੇ ਮੈਂ ਜਾਣਾ ਵਾਂ। ਤੇ ਕੋਈ ਗੱਲ ਨਹੀਂ, ਮੈਂ ਦੇ ਦਿੰਦੀ ਇਹਨਾਂ ਨੂੰ ਸੁਣਾ। ਪਰ ਮੈਨੂੰ ਤਾਂ ਮੰਮੀ ਜੀ ਕੁਝ ਠੀਕ ਨਹੀਂ ਲੱਗਣ ਦਿਆ ਹੈਗਾ। ਘਰ 'ਚ ਨਿੱਕੀਆਂ ਨਿੱਕੀਆਂ ਗੱਲਾਂ ਜਦੋਂ ਦੀਆਂ ਹੋਣੀਆਂ ਵਾ ਨਾ, ਆਂਢੀ ਗੁਆਂਢੀ ਵੀ ਕੰਨ ਲਾ ਲਾ ਸੁਣਦੇ ਆ। ਤੈਨੂੰ ਨਹੀਂ ਬਹੁਤ ਠੀਕ ਲੱਗਣ ਡਿਆ ਤੇ ਮੈਨੂੰ ਕਿਹੜਾ ਠੀਕ ਲੱਗਣ ਡਿਆ ਵਾ?
ਤੇ ਆਉਂਦੀ ਵੀ ਸਾਡੀ ਕੋਈ ਸਲਾਹ ਹੀ ਨੀਗੀ। ਮੈਨੂੰ ਨਾ ਇਹ ਪੁੱਛੋ ਅੱਡ ਹੋਣ ਵਾਲੀ ਗੱਲ ਉਹਦੇ ਨਾਲ ਕਰੋ। ਅਕਸਰ ਦੋਵਾਂ ਜੀਆਂ ਸਲਾਹ ਕੀਤੀ ਹੈ ਤੇ ਫੇਰ ਹੀ ਗੱਲ ਬਾਹਰ ਆਈ ਆ। ਮੰਮੀ ਇਹ ਸਾਰਾ ਪੜਿਆ ਪੜਾਇਆ ਪਿੰਡੋਂ ਹੀ ਆਇਆ ਵਾ। ਜਦੋਂ ਦੀ ਪਿੰਡੋਂ ਹੋ ਕੇ ਆਈ ਆ ਨਾ, ਉਦੋਂ ਦੀ ਬਸ ਮੈਂ ਕੰਮ ਨਹੀਂ ਕਰਨਾ, ਮੈਂ ਆਹ ਨਹੀਂ ਕਰਨਾ, ਮੈਂ ਉਹ ਨਹੀਂ ਕਰਨਾ। ਉੱਤੋਂ ਇੱਕ ਚੱਜੀ ਮਾਂ ਵਾ ਜਿਹੜੀ ਆਂਦੀ ਕੰਮ ਵਾਲੀ ਇਹਨੂੰ ਰੱਖ ਦਿਓ, ਜਿੱਦਾਂ ਇਹਨੇ ਦਫ਼ਤਰ ਜਾਣਾ ਹੁੰਦਾ ਵਾ। ਮੰਮੀ ਸਾਡੇ ਘਰ 'ਚ ਕੰਮ ਵਾਲੀ ਵਾਰਾ ਖਾਣੀ ਆ, ਬੰਦਾ ਇਹਨੂੰ ਪੁੱਛੇ। ਉਹ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਮੰਨੀਆਂ ਤਾਂ ਵੇਖੋ ਕਿੱਡੀ ਵੱਡੀ ਗੱਲ ਤੱਕ ਗੱਲ ਲੈ ਕੇ ਗਈ ਆ। ਅਤੇ ਜੇ ਉਹ ਮੰਨ ਲੈਂਦੇ ਤਾਂ ਪਤਾ ਨਹੀਂ ਕੀ ਕਰਾਉਣਾ ਸੀ ਇਹਨੇ। ਤਿੰਨ ਜਾਣੀਆਂ ਵਾ ਤੇ ਤਿੰਨ ਜਾਣੇ ਰੋਟੀ ਖਾਣ ਵਾਲੇ ਆ, ਤੇ ਅਸੀਂ ਰੋਟੀ ਵੀ ਨਹੀਂ ਪਕਾ ਸਕਦੀਆਂ। ਇਹ ਕਿ ਕੰਮ ਫੜਿਆ ਹੋਵੇ ਤੇ ਝੱਟ ਬੰਦਾ ਵਿਹਲਾ ਹੋ ਜਾਂਦਾ ਵਾ। ਪਤਾ ਨਹੀਂ ਮੰਮੀ ਇਹਨਾਂ ਦੇ ਦਿਮਾਗ ਨੂੰ ਕੀ ਹੋ ਗਿਆ ਵਾ, ਪਰ ਇਹ ਆ ਵੀ ਜਦੋਂ ਤੱਕ ਠੋਕਰ ਨਾ ਨਾ ਲੱਗੀ ਇਹਨਾਂ ਨੂੰ ਸਮਝ ਨਹੀਂ ਆਉਣੀ। ਕੋਈ ਗੱਲ ਨਹੀਂ, ਇਹੋ ਜਿਹੇ ਸੁਧਰ ਜਾਂਦੇ ਹੁੰਦੇ ਛੇਤੀ, ਆਪੇ ਅਕਲ ਟਿਕਾਣੇ ਆ ਜਾਣੀ ਆ। ਪਤਾ ਨਹੀਂ ਇਹਨਾਂ ਦਾ ਦਿਮਾਗ ਕੀ ਚੱਲਦਾ ਰਹਿੰਦਾ। ਕੋਈ ਨਹੀਂ, ਵੈਸੇ ਮੈਂ ਇਹਨਾਂ ਨੂੰ ਦੇ ਦਿੰਦੀ ਹਾਂ ਸੁਨਾਹ। ਮੈਨੂੰ ਲੱਗਦਾ ਇਹਨਾਂ ਨੂੰ ਪਤਾ ਨਹੀਂ ਹੈਗਾ, ਜੇ ਪਤਾ ਹੁੰਦਾ ਤਾਂ ਇਹਨਾਂ ਨੇ ਮੇਰੇ ਨਾਲ ਗੱਲ ਕਰ ਦੇਣੀ। ਦੱਸ ਦੀ ਗਾੜੀ ਇਹ ਆ ਵੀ ਜਿੰਨੇ ਮਾਂ ਪਿਓ ਨੂੰ ਤੰਗੀ ਦਿੱਤੀ ਉਹ ਸੁੱਖ ਨਹੀਂ ਪਾਉਂਦੇ ਹੁੰਦੇ, ਉਹਨਾਂ ਕਿਤੇ ਸੁੱਖ ਪਾਉਣਾ, ਇੱਦਾਂ ਹੀ ਰਹਿੰਦੇ ਹੁੰਦੇ ਉਹ। ਕੋਈ ਨਹੀਂ, ਮੈਂ ਹੈ ਦੇ ਦਿੰਦੀ ਸੁਨਾਹ। ਹਾਂ ਠੀਕ ਆ ਪੁੱਤ। ਕੀ ਕਰਦੇ ਜੀ? ਇੱਥੇ ਫਾਈਲ ਜੀ ਪਈ ਸੀ ਇੱਕ, ਮੈਂ ਪੇਪਰ ਨਹੀਂ ਲੱਭਣ ਦੇ ਥੋੜੇ ਜੇ। ਉਹ ਮੈਂ ਹੀ ਸਾਂਭੀ ਆ, ਮੈਂ ਕਿਹਾ ਲੀਨ ਨਾ ਮੁੜ ਕੇ ਖਰਾਬ ਕਰ ਦੇ। ਮੈਂ ਸਵੇਰ ਦਾ ਲੱਭਣ ਆ, ਮੈਨੂੰ ਦਹੀਂ ਜ਼ਰੂਰ ਉਹ ਮੈਂ ਦੇ ਦਿੰਦੀ ਆ। ਤੇ ਚੱਲੇ ਹੋ ਕਿਤੇ? ਉਹ ਨਹੀਂ, ਅੱਡੇ ਤੇ ਹੀ ਮਾੜਾ ਜਿਹਾ ਚੱਲੇ ਹੈਗਾ। ਮੈਂ ਦੱਸੋ ਨਹੀਂ ਚੱਲੇ ਤੇ ਫਿਰ ਤਿਆਰੀ ਕਰ ਲਓ ਮਾੜੀ ਜੀ। ਕਾਹਦੀ? ਮੰਮੀ ਨੇ ਸੁਨਾਹ ਜਿਹਾ ਦਿੱਤਾ ਵਾ ਇੱਕ, ਐਵੇਂ ਗੱਲਾਂ ਦੀਆਂ ਝੁਲਝਾ ਉਲਝਾ ਕੇ ਕਹਿੰਦੇ ਸੀ ਕਿ ਜੋ ਮੈਨੂੰ ਕਹਿ ਦੀ ਫਿਰ ਡੈਡੀ ਤੇਰੇ ਕਹਿੰਦੇ ਆ ਪੈਲੀ ਲਵਾ ਦਈਏ ਨਾ, ਤਿੰਨਾਂ ਹਿੱਸਿਆਂ 'ਚ ਕਰ ਲੈਣੀ ਅਸੀਂ, ਅਸੀਂ ਵੀ ਕੱਲ੍ਹ ਨੂੰ ਮਿਲਣਾ ਵਰਤਣਾ ਵਾ। ਅਤੇ ਮੈਂ ਕਿਹਾ ਵੀ ਇਹ ਤੁਹਾਡੀ ਆਪਣੀ ਹੈ ਨਾ, ਵੀ ਤੁਹਾਨੂੰ ਜਿੱਦਾਂ ਠੀਕ ਲੱਗਦਾ ਉੱਦਾਂ ਕਰ ਲਓ, ਵੀ ਅਸੀਂ ਕੀ ਕਹਿਣਾ ਹੁਣ, ਨਾ ਤਾਂ ਅਸੀਂ ਤੁਹਾਨੂੰ ਕਹਿਣ ਜੋਗੇ ਹਾਂ ਵੀ ਆਪਣਾ ਹਿੱਸਾ ਨਾ ਲਵੋ, ਅਤੇ ਨਾ ਲਵਲੀ ਨੂੰ ਹੀ ਕਹਿਣ ਜੋਗੇ ਹਾਂ। ਮੈਂ ਸਾਡੇ ਵੱਲੋਂ ਭਾਵੇਂ ਕੱਲ੍ਹ ਕਰ ਲਓ, ਅਸੀਂ ਕੀ ਕਹਿਣਾ। ਮੈਂ ਵੀ ਤੁਸੀਂ ਕਿਹਾ ਨਹੀਂ ਇਹਨੂੰ, ਨਹੀਂ ਉਸ ਤੋਂ ਆਉਣ ਬੜਾ ਡਿਆ ਵਾ, ਤੰਗੀ ਬੜੀ ਦੇਣ ਡਿਆ ਵਾ, ਅਸੀਂ ਵੀ ਹੁਣ ਕੀ ਕਰੀਏ। ਅਤੇ ਮੈਂ ਆਪਣੇ ਮਨ 'ਚ ਸੋਚਿਆ ਉਹਨਾਂ ਨੂੰ ਜੇ ਉਹਨੂੰ ਸ਼ੁਰੂ ਤੋਂ ਰੋਕਿਆ ਹੁੰਦਾ ਨਾ, ਫਿਰ ਉਹ ਇਹ ਕੰਮ ਨਾ ਕਰਦਾ। ਹੁਣ ਤੇ ਉਹ ਲੱਗਾ ਵਾ ਰਵਿੰਦਰ ਦੇ ਪਿੱਛੇ, ਜਿੱਦਾਂ ਕਹਿੰਦੀ ਉਦਾਂ ਹੀ ਕਰਦਾ ਵਾ। ਤੇ ਕੱਲ ਨੂੰ ਜੇ ਸਹੁਰਿਆਂ ਨੇ ਉੱਥੋਂ ਵੀ ਕੱਢਿਆ ਨਾ ਇਹਨੂੰ, ਤੇ ਸਭ ਤੋਂ ਵੱਡੀ ਗੱਲ ਪਤਾ ਕੀ ਆ, ਕਹਿੰਦਾ ਨਾ ਵੀ ਰਹੂੰਗਾ ਤੇ ਉੱਥੇ ਚੱਲ ਜਾਊਂਗਾ। ਅੱਛਾ, ਇਹਨੀ ਗੱਲ ਕਹਿੰਦਾ ਵਾ? ਕਹਿੰਦਾ ਵਾ ਤੇ ਹੋਰ ਕੀ ਕਰਨਾ। ਨਹੀਂ ਹੁਣ ਮੰਮੀ ਹੁਣੀ ਕੀ ਕਹਿੰਦੇ, ਪੈਲੀ ਲਵਾ ਦਿੰਦੇ ਅੱਧੇ ਦੀ ਨਾਮ। ਮੰਮੀ ਹੁਣਾਂ ਦੀ ਵੀ ਜਾਣ ਦਿਓ ਗੱਲ, ਉਹੀ ਜਿਹੜੀ ਤੁਸੀਂ ਸਵੇਰੇ ਮੈਨੂੰ ਕਹਿੰਦੇ ਸੀ ਉਹੀ ਹੋ ਗਈ ਆ। ਜਾਓ ਨਾ ਕੱਲ ਨੂੰ ਲਵਲੀ ਵੱਲ ਹੋ ਜਾਣਗੇ ਤੇ ਤਾਂ ਕਿਉਂ। ਪਰ ਹੁਣ ਚੱਕਰ ਤਾਂ ਇਹ ਆ ਨਾ ਵੀ ਇਹ ਕਹਿੰਦੇ ਆ ਵੀ ਅਸੀਂ ਪੈਲੀ ਦੇ ਕਰਨੇ ਤਿੰਨ ਹਿੱਸੇ। ਹੁਣ ਮੰਮੀ ਹੁਣਾਂ ਨੂੰ ਤਾਂ ਪੈਲੀ ਦੀ ਲੋੜ ਨਹੀਂ, ਦੋ ਕਿੱਲਿਆਂ ਨਾਲ ਉਹਨਾਂ ਦਾ ਬੜਾ ਵਧੀਆ ਸਰ ਜਾਣਾ ਹੈ ਨਾ। ਲਵਲੀ ਕਹਿਣ ਡਿਆ ਵੀ ਮੈਂ ਆਪਣੇ ਸਹੁਰਿਆਂ 'ਤੇ ਲਿਆਉਣੀ ਆ, ਜੇ ਮੰਨ ਲਾ ਦੋ ਇੱਥੋਂ ਮਿਲੇ ਤਿੰਨ ਉਹਨੂੰ ਉੱਥੋਂ ਮਿਲ ਗਏ ਉਹਦੇ ਪੰਜ ਹੋ ਗਏ। ਉੱਤੋਂ ਕਹਿੰਦਾ ਮੈਂ ਨੌਕਰੀ ਮੈਨੂੰ ਸਹੁਰੇ ਦਵਾਉਣ ਡੇ ਆ, ਉਹਦਾ ਵੀ ਕੰਮ ਵਧੀਆ ਹੋ ਗਿਆ। ਅਤੇ ਅਸੀਂ ਨਿਆਣਿਆਂ ਵਾਲੇ ਫਿਰ ਅਸੀਂ ਕਿੱਥੇ ਜਾਵਾਂਗੇ, ਸਾਡੇ ਕੋਲ ਦੋ ਕਿੱਲੇ ਅਸੀਂ ਕਿੱਦਾਂ ਸਾਰਾਂਗੇ। ਯਾਰ ਮੈਂ ਨਾ ਸੱਚੀ ਲੜਾਈਆਂ ਨਹੀਂ ਚਾਹੁੰਦੀ, ਮੈਂ ਨਹੀਂ ਚਾਹੁੰਦੀ ਵੀ ਘਰ 'ਚ ਲੜਾਈਆਂ। ਹੁਣ ਦੋ ਵੀ ਦਿੰਦੇ ਆ ਨਾ, ਲੈ ਕੇ ਚੁੱਪ ਕਰਕੇ ਪਾਸੇ ਹੋ ਜਾਓ, ਕਹਿ ਦਿਓ ਵੀ ਸਾਡਾ ਹਿਸਾਬ ਕਿਤਾਬ ਜਿਹੜਾ ਤੁਹਾਡੇ ਨਾਲ ਲੈਣ ਦੇਣ ਹੈਗਾ ਵਾ ਉਹ ਕਰ ਲਓ, ਜਿਹੜੀ ਕਮਾਈ ਮੇਰੀ ਘਰ 'ਚ ਲੱਗੀ ਆ ਉਹ ਮੈਨੂੰ ਦੇ ਦਿਓ ਅਤੇ ਕੰਮ ਨਿਬੜੇ। ਮੰਮੀ ਦਾ ਤਾਂ ਸ਼ੁਰੂ ਤੋਂ ਸੁਭਾਅ ਰਿਹਾ ਵਾ ਵੀ ਆਪਣੇ ਪਿੱਛੇ ਦੀ ਸਿਫਤ ਕਰਨੀ, ਤੇ ਜਦੋਂ ਬੰਦਾ ਕਿਸੇ 'ਚ ਰਹਿਣ ਗਿੱਜਾ ਹੋਏ ਨਾ ਉਹ ਟੱਬਰ ਨੂੰ ਤੋੜਦਾ ਨਹੀਂ ਹੈਗਾ। ਉਹ ਸੋ ਕਹਿੰਦਾ ਵਾ ਜੋ ਮਰਜ਼ੀ ਹੋ ਜਾਏ ਮੈਂ ਨਹੀਂ ਦੇਣੀ, ਅਸੀਂ ਹਨਾ ਉਹਨੂੰ ਸਮਝਾਉਂਦੇ ਮਾਰਿਆਂ ਕਹਿ ਰਿਹਾ ਵੀ ਉਹਨੂੰ ਤੰਗੀ ਦਿੰਦਾ ਵਾ ਤੇ ਅਸੀਂ ਕੀ ਕਰੀਏ ਹੁਣ, ਅਸੀਂ ਕਰਨੀ ਪੈਣੀ ਆ। ਉਹਨਾਂ ਸ਼ੁਰੂ ਤੋਂ ਨਹੀਂ ਸਮਝਾਇਆ, ਤੁਹਾਡੇ ਸਾਹਮਣੇ ਮੈਨੂੰ ਥੋੜੀਆਂ ਗੱਲਾਂ ਕਰਦੇ ਰਹੇ, ਮੇਰੇ ਪੇਕੇ ਇੱਦਾਂ ਕਰਦੇ ਰਹੇ, ਹੁਣ ਤਾਂ ਕੋਈ ਨਹੀਂ ਵੜਦਾ ਇੱਥੇ ਹਨਾ। ਆਹੋ ਚਲ ਕੋਈ ਗੱਲ ਨਹੀਂ, ਆਪਾਂ ਇੱਦਾਂ ਕਰਦੇ ਹਾਂ, ਆਪਾਂ ਚੱਲ ਜਾਂਦੇ ਹਾਂ ਕੱਲ੍ਹ
ਤੇ ਪਰ ਇਹ ਵੀ ਕੱਲ੍ਹ ਜਾਣ ਤੋਂ ਪਹਿਲਾਂ ਨਾ ਇੱਕ ਵਾਰੀ ਸਾਰਿਆਂ ਨੂੰ ਬਿਠਾਉਂਦੇ ਹਾਂ ਅਤੇ ਦੱਸਦੇ ਨੇ ਵੀ ਭਾਈ ਮੇਕੋ ਦੇ ਕੋਈ ਹਿਸਾਬ ਕਿਤਾਬ ਨਹੀਂ ਜੇ ਪੈਲੀ ਦੋ ਦੋ ਕਿੱਲੇ ਆਉਣ ਲੱਗੀ ਆ ਅਤੇ ਉਹ ਆਪਣਾ ਆਪਣਾ ਆਪੇ ਵੇਖਣਾ ਪੈਣਾ ਆਪਣਾ ਆਪਣਾ ਆਪੇ ਵੇਖਣਾ ਪੈਣਾ ਅਤੇ ਘਰੇ ਵੀ ਜਿਹੜੀ ਚੀਜ਼ ਆਉਣੀ ਵੱਖਰੀ ਵੱਖਰੀ ਆਪੇ ਆਪਣੀ ਆਪਣੀ ਲੈ ਆਉਂਦੇ ਚਿਕੜੀ ਹੁਣ ਅਸੀਂ ਫਿਰ ਕਿੱਥੋਂ ਅਸੀਂ ਕੁੜੀ ਦੀਆਂ ਫੀਸਾਂ ਤਾਰਨੀਆਂ ਵਾਂਗੇ ਉਹ ਨਹੀਂ 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 ਕੰਮ ਅਜੇ ਤਾਂ ਚੱਲ ਆ ਚੰਗਾ ਵਾ ਵੀ ਮੈਂ ਅਸੀਂ ਮੈਂ ਵੀ ਕੰਮ ਕਰਨੇ ਆ ਅਤੇ ਤੁਸੀਂ ਵੀ ਡੇ ਜੇ ਅਤੇ ਚੱਲ ਅਸੀਂ ਪੈਸੇ ਥੋੜ੍ਹੇ ਬਹੁਤੇ ਜੋੜੇ ਆ ਹਨਾ ਅਜੇ ਚਲੋ ਸਾਲ ਦੋ ਸਾਲ ਤਾਂ ਕੁੜੀ ਨੂੰ ਅਸੀਂ ਆਪ ਹੀ ਪੜ੍ਹਾ ਸਕਦੇ ਹਾਂ ਪੈਲੀ ਦੇ ਪੈਸੇ ਨਾ ਵੀ ਛੇੜੀਏ ਪਰ ਫਿਰ ਵੀ ਗਾਂਹ ਤੇ ਫਿਰ ਤੰਗੀ ਆਉਣੀ ਚਲੋ ਵੇਖਾਂ ਕੀ ਕਰਨਾ ਕਰੋ ਇੱਥੋਂ ਤੱਕ ਟਾਈਮ ਵਧੀਆ ਆ ਗਿਆ ਵਾ ਤੇ ਅੱਗੇ ਵੀ ਵਧੀਆ ਆ ਜਾਣਾ ਵਾ ਇਦਾਂ ਕਰਦੇ ਹੀ ਹੁੰਦੇ ਆ ਘਰਾਂ 'ਚ ਜੇ ਦੋ ਜਣੇ ਹੋਣ ਨਾ ਤੇ ਫਿਰ ਗੱਲਾਂ ਹੁੰਦੀਆਂ ਓਏ ਆਹੋ ਥੋੜਾ ਬਹੁਤਾ ਤੇ ਘਟਾ ਵਾ ਬਾਕੀ ਰਹਿੰਦੀ ਮਾਂ ਪਿਓ ਤੇ ਗੱਲ ਆ ਜਦੋਂ ਕਿਸੇ ਨੂੰ ਸਤਾਉਣਾ ਹੁੰਦਾ ਵਾ ਨਾ ਫਿਰ ਇਦਾਂ ਹੀ ਕਰਦੇ ਹੁੰਦੇ ਆ ਹੁਣ ਜੇ ਉਹਨਾਂ ਨੂੰ ਸਮਝਣਾ ਚਾਹੀਦਾ ਸੀ ਵੀ ਇੰਨੇ ਚਿਰ ਦਾ ਕੰਮ ਕਰਨ ਦਿਆ ਵਾ ਤੇ ਜੇ ਅਸੀਂ ਉਹਦੀ ਮਾਸਾ ਮਦਦ ਕਰ ਦਾਂਗੇ ਤੇ ਕੀ ਹੋ ਜਾਏਗਾ ਪਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਹੀਂ ਪੈਂਦੀ ਕਹਿੰਦੇ ਜਦੋਂ ਇੱਕ ਨਾਲ ਟੁੱਟ ਕੇ ਦੂਜੇ ਨਾਲ ਜੁੜਨਾ ਹੋਵੇ ਨਾ ਮੂੰਹ ਵੱਟੇ ਹੀ ਜਾਂਦੇ ਹੁੰਦੇ ਆ ਚੱਲ ਕੋਈ ਗੱਲ ਨਹੀਂ ਵੇਖਨੇ ਫਿਰ ਜਾਣਾ ਹੀ ਪੈਣਾ ਕੱਲ ਹੁਣ ਕੀ ਕਰਨਾ ਹੈ ਵੇਖ ਲਓ ਫਿਰ ਮੈਂ ਲੀਨ ਨੂੰ ਵੇਖਾਂ ਹੈ ਚੱਲ ਕੋਈ ਗੱਲ ਨਹੀਂ ਇੱਥੇ ਖਲੋਤੀ ਆ ਕੀ ਗੱਲ ਆ ਉਹ ਮੈਂ ਵੀ ਸੋਚਣ ਡਿਆ ਸੀ ਕੋਈ ਯਾਰ ਕੀ ਸੋਚਣ ਦੇ ਆ ਹੁਣ ਸੋਚਣ ਮੈਂ ਇਹ ਡਿਆ ਸੀ ਵੀ ਮੈਂ ਕਿਤੇ ਘਰ ਦੇ ਨਾ ਸੋਚਦੇ ਹੁਣ ਵੀ ਇਹਨੇ ਖਵਾਂਦ ਪਾਤੀ ਆ ਘਰ 'ਚ ਨਹੀਂ ਅਸੀਂ ਖਵਾਂਦ ਕਾਹਦੀ ਪਾਉਣੀ ਸ਼ੁਰੂਆਤ ਕੀਤੀ ਜੋਬਨਵੀਰ ਨੇ ਓਏ ਆਹੋ ਕੀਤੀ ਤੇ ਉਹਨੇ ਹੀ ਆ ਪਰ ਮੈਂ ਪਹਿਲਾਂ ਨਾਂ ਲਿਆ ਨਾ ਗਿਆ ਅਸੀਂ ਤਾਂ ਕੋਈ ਨਾਮ ਨਹੀਂ ਲਿਆ ਘਰ ਦੇ ਵਿੱਚ ਬਚਾਈ ਆਹ ਕੰਮ ਕਰਨਾ ਚਾਹੀ ਨਹੀਂ ਕਰਨਾ ਆਹੋ ਨਾਂ ਤੇ ਉਹਨੇ ਹੀ ਲਿਆ ਸੀ ਵੀ ਅਸੀਂ ਵੱਖ ਹੋਣਾ ਵਾ ਉਹ ਤੁਸੀਂ ਟੈਨਸ਼ਨ ਨਾ ਲਓ ਜੇ ਗਲਤੀ ਗਲਤ ਕਰਨਗੇ ਨਾ ਉਹ ਜੋਬਨਵੀਰ ਦੀ ਨਿਕਲਣੀ ਆ ਚੱਲ ਕੋਈ ਗੱਲ ਨਹੀਂ ਉਹ ਤਾਂ ਵੇਖੀ ਜਾਊਗੀ ਫਿਰ ਬਾਅਦ ਚੋਂ ਸ਼ੁਰੂਆਤ ਤੇ ਉਹਨਾਂ ਕੀਤੀ ਸੀ ਨਾ ਅਸੀਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਪਹਿਲਾਂ ਤੇ ਪਰ ਹੁਣ ਕਰਨਾ ਕੀ ਆ ਹੁਣ ਤੀਜਾ ਹਿੱਸਾ ਚਲਾਉਣਾ ਵਾ ਮੈਨੂੰ ਤਾਂ ਆਪ ਨਹੀਂ ਕੋਈ ਸਮਝ ਆਉਂਦੀ ਮੈਂ ਤੁਹਾਨੂੰ ਕੀ ਦੱਸਾਂ ਤੀਜੇ ਹਿੱਸੇ 'ਚ ਫਿਰ ਦੋ ਕਿੱਲੇ ਆਉਣੀ ਚਲੋ ਆਓ ਜਾਓ ਹਾਂ ਫੋਨ ਕਰਕੇ ਫਿਰ ਮੈਂ ਦੱਸੀ ਹਾਂ ਕੋਈ ਨਹੀਂ ਮੈਂ ਕਰਦੀ ਹਾਂ ਆਹੋ ਜੋਬਨ ਨੇ ਵੀ ਜਾਣ ਕੇ ਹੀ ਗੱਲ ਕਰਤੀ ਉਹਨੂੰ ਕਰਨੀ ਨਹੀਂ ਚਾਹੀਦੀ ਗੱਲ ਹੁਣ ਗੱਲ ਕਰਤੀ ਆ ਨਿੱਕਾ ਲੈ ਕੇ ਬਹਿ ਗਿਆ ਵਾ ਫਿਰ ਮੈਂ ਵੱਖਰੇ ਹੋਣਾ ਵਾ ਰਮਨ ਔਲਾ ਤੇ ਆਪਣੇ ਨਹੀਂ ਚੰਗੀ ਦੋਵੇਂ ਨਹੀਂ ਚੰਗੇ ਨਿਕਲੇ ਇਹ ਨਹੀਂ ਵੀ ਜਾਂ ਜੋਬਨ ਚੰਗਾ ਜਾਂ ਦੂਜਾ ਚੰਗਾ ਵਾ ਦੋਵੇਂ ਨਹੀਂ ਚੰਗੇ ਨਿਕਲੇ ਫਿਰ ਜਿੱਦਾਂ ਚੱਲਦਾ ਕੰਮ ਚੱਲਦਾ ਰਹਿਣ ਦੋ ਲੋਕਾਂ ਦੇ ਵਿੱਚ ਬੜੀ ਤੁਹਾਡੀ ਸੋਭਾ ਹੋਊਗੀ ਲੋਕ ਮੂੰਹ ਜੋੜ ਜੋੜ ਕੇ ਗੱਲਾਂ ਕਰਨਗੇ ਵੀ ਵਿਆਹ ਹੋਇਆ ਨੂੰ ਕਿੰਨਾ ਕੁ ਚਿਰ ਹੋ ਗਿਆ ਵਾ ਤੇ ਵੱਖੋ ਵੱਖਰੇ ਹੋ ਵੀ ਗਏ ਆ ਪਤਾ ਗੱਲ ਕੀ ਆ ਹੁਣ ਉਹ ਬੁਰੇ ਨਹੀਂ ਬਣੇ ਤੇ ਬੁਰਾ ਬਣਾਤਾ ਵਾ ਇਹਨੂੰ ਉਹੀ ਤਾਂ ਗੱਲ ਵਾ ਇਹ ਲਾਈ ਲਾ ਕੇ ਛਦਾਈ ਹੈਗਾ ਵਾ ਇਹਨੇ ਸੋਚਿਆ ਨਹੀਂ ਗੱਲ ਕਰਨ ਲੱਗਾ ਵੀ ਆਹ ਗੱਲ ਕਰਨੀ ਹੈ ਕਿ ਨਹੀਂ ਕਰਨੀ ਇਹਨੂੰ ਅਜੇ ਸਮਝ ਨਹੀਂ ਗਈ ਇਹ ਜੇ ਨਿਆਣਾ ਵਾ ਨਿਆਣਾ ਸਿਆਣਾ ਕਦੋਂ ਹੋਣਾ ਨੇ ਸਿਆਣਾ ਕੀ ਹੋਣਾ ਵਾ ਇਹਨੇ ਵੀ ਜ਼ਿੰਮੇਵਾਰੀ ਉੱਤੇ ਪਾਈ ਨਹੀਂ ਗੀ ਕੰਮ ਉਹਨੇ ਕੀਤਾ ਨਹੀਂ ਗਾ ਤਾਂ ਜੇ ਨਿਆਣਪੁਣੇ ਦੇ ਵਿੱਚ ਹੀ ਆ ਵੀ ਮੈਂ ਅੱਡ ਹੋ ਗਿਆ ਤਾਂ ਫਿਰ ਇਹ ਮੈਂ ਕੀ ਬਣਾ ਲੈਣਾ ਵਾ ਕੀ ਮਹਿਲ ਛੱਤ ਲੈਣੇ ਆ ਪਤਾ ਤਾਂ ਇਹਨੂੰ ਬਾਅਦ 'ਚ ਲੱਗਣਾ ਵਾ ਜੋਬਨ ਹੋਲਾ ਨੇ ਪੈਸੇ ਜੋੜੇ ਆ ਦੋਵਾਂ ਜੀਆਂ ਨੇ ਉਹ ਸਿਲਾਈ ਕਢਾਈ ਦਾ ਕੰਮ ਕਰਦੀ ਸੀ ਤੇ ਚੱਲ ਇਹ ਵਾਈ ਵੀ ਦਾ ਵੀ ਕਰਦਾ ਸੀ ਤੇ ਮਿਹਨਤੀ ਹੈਗਾ ਸੀ ਇਹਦੇ ਕੋਲ ਪੈਸੇ ਚਾਰ ਹੋਣਗੇ ਤੇ ਇਹਦੇ ਕੋਲ ਹੈ ਵੀ ਕੱਖ ਨਹੀਂ ਇਹ ਤਾਂ ਭੁੱਖਾ ਲੰਘਾ ਸਾਡੇ ਵਾਂਗੂ ਨਾ ਵੀ ਹੋਏ ਨਾ ਉਹਨਾਂ ਆਪਣਾ ਗੁਜ਼ਾਰਾ ਚਲਾਈ ਜਾਣਾ ਵਾ ਔਖਾ ਇਹਨੂੰ ਹੋਣਾ ਵਾ ਕਹਿਣ ਤੇ ਡਿਆ ਵਾ ਵੀ ਮੇਰੇ ਸਹੁਰੇ ਨੇ ਮੈਨੂੰ ਨੌਕਰੀ ਦਵਾ ਦੇਣੀ ਆ ਪਰ ਉਹ ਜਦੋਂ ਦਵਾਊਗਾ ਤਨਖਾਹ ਹੱਥ ਤੇ ਆਊਗੀ ਪਤਾ ਤੇ ਫੇਰ ਹੀ ਲੱਗਣਾ ਵਾ ਨਾ ਉਹਨਾਂ ਚਿਰ ਥੋੜਾ ਹੈਗਾ ਵਾ ਤੇ ਸਹੁਰਿਆਂ ਨੇ ਆਪਣੀ ਕੁੜੀ ਨੂੰ ਨਹੀਂ ਲਵਾਇਆ ਤੇ ਇਹਨੂੰ ਜਵਾਈ ਨੂੰ ਲਵਾਉਣਾ ਕੀ ਪਤਾ ਉਹ ਵੀ ਕਹਿਣ ਡਈ ਆ ਵੀ ਪਤਾ ਕੀਤਾ ਡੈਡੀ ਨੇ
25-30 ਹਜ਼ਾਰ ਰੁਪਈਆ ਸੈਲਰੀ ਹੈ। ਮੈਂ ਚੱਲ ਵਧੀਆ ਗੱਲ ਹੀ ਆ, ਮਾੜਾ ਕੀ ਆ, ਫਸਲ ਤੇ ਬਚਾਈ ਜਾਇਓ ਤੇ ਤਨਖਾਹ ਖਾਈ ਜਾਇਓ। ਨਹੀਂ ਵੀ ਡੈਡੀ ਦਾ ਕੋਈ ਮੰਤਰੀ ਆ ਵੀ ਜਿਹੜਾ ਨੌਕਰੀ ਤੇ ਲਾਉਂਦਾ ਬੰਦਿਆਂ ਨੂੰ? ਕੀ ਪਤਾ ਕਹਿਣ ਹੀ ਦਈ ਆ, ਜਿੱਦਾਂ ਲੱਗੂ ਉਦਾਂ ਦੀਆਂ ਹੀ ਗੱਲਾਂ ਵਾ। ਮੂੰਹੋਂ ਤਾਂ ਸਾਰੇ ਕਹੀ ਜਾਂਦੇ ਹੁੰਦੇ ਵੀ ਮੇਰੇ ਪਿਓ ਦੀ ਬੜੀ ਚੱਲਦੀ, ਮੇਰੇ ਪਿਓ ਦੀ ਬੜੀ ਚੱਲਦੀ ਆ। ਜੇ ਚੱਲਦੀ ਹੁੰਦੀ ਤਾਂ ਇਹਨੂੰ ਨਾ ਲਵਾਉਂਦਾ ਕਿਤੇ, 25-30 ਹਜ਼ਾਰ ਥੋੜ੍ਹਾ ਵਾ। ਆਹੋ ਇਹਨੂੰ ਤਾਂ ਫੁਲਕੇ ਲਾਉਣ ਡਾ ਛੱਡਿਆ। ਚੱਲ ਉਹ ਗੱਲਾਂ ਛੱਡੋ, ਤਾਂ ਤੁਸੀਂ ਜਾਣਾ ਵਾ ਕਿਤੇ? ਰਮਨ ਜਾਣਾ ਕੀ ਆ, ਦੋਵੇਂ ਖੇੜੇ ਪਏ ਆ ਵੀ ਪੈਲੀ ਸਾਡੇ ਨਾਲ ਲਵਾ ਦਿਓ ਤੇ ਘਰ ਕਪਾਤਕਾਂ ਨੂੰ ਪਾਉਣਾ ਵਾ, ਦੇਣੀ ਤਾਂ ਇਹਨਾਂ ਦੀ ਆ ਪੈਲੀ, ਅਤੇ ਜਿਹੜੀ ਤਿੰਨ ਹਿੱਸੇ ਕਰ ਲੈਂਦੇ ਆ, ਜਿਹੜੇ ਆਪਣੇ ਦੋ ਰੱਖ ਲੈਂਦੇ ਆ, ਆਪਣਾ ਇੱਕ ਹਿੱਸਾ ਅਤੇ ਇਹਨਾਂ ਦੇ ਦੋ ਦੇ ਦਿੰਦੇ ਆ। ਗੱਲ ਇਹ ਆ ਵੀ ਜਿਹੜੀ ਤੁਹਾਡੀ ਨਿੱਕੀ ਨੂੰਹ ਵਾ ਨਾ, ਉਹ ਮੈਨੂੰ ਕੱਲ੍ਹ ਕਹਿੰਦੀ ਸੀ ਵੀ ਤੁਹਾਨੂੰ ਹਿੱਸੇ ਦੀ ਕੀ ਲੋੜ ਵਾ, ਤੁਸੀਂ ਰੋਟੀ ਖਾਣੀ ਆ ਸਾਡੇ ਵੱਲੋਂ ਖਾ ਲਓ ਭਾਵੇਂ ਉੱਧਰੋਂ ਖਾ ਲਓ। ਮੈਂ ਕਿਹਾ ਇਹੋ ਰੋਟੀ ਸਾਡੀ ਜਿਹੜੀ ਤੁਹਾਨੂੰ ਭਾਰੂ ਹੋ ਜਾਣੀ ਆ, ਦੋ ਦਿਨ ਤੁਸੀਂ ਖਵਾਲਣੀ ਆ ਤੇ ਤੀਜੇ ਦਿਨ ਤੁਸੀਂ ਚੁੱਕ ਚੁੱਕ ਭਾਂਡੇ ਸੋਈ 'ਚ ਮਾਰਨੇ ਆ ਵੀ ਮਾਈ ਬੁੱਢਾ ਆਣ ਕੇ ਤਾਂ ਸਾਡੇ ਵੱਲ ਬਹਿ ਗਏ ਆ, ਇਹੋ ਹੀ ਆਪਣਾ ਹਿੱਸਾ ਕੱਢਿਆ ਹੋਊਗਾ, ਸਾਨੂੰ ਕਿਸੇ ਦੇ ਹੱਥਾਂ ਵੱਲ ਵੇਖਣ ਦੀ ਲੋੜ ਤਾਂ ਨਾ ਪਾਊਗੀ, ਅਸੀਂ ਆਪਣੀ ਪਕਾਵਾਂਗੇ ਤੇ ਖਾਵਾਂਗੇ। ਕਿਤੇ ਰਿਸ਼ਤੇਦਾਰੀ ਵਿੱਚ ਵੀ ਜਾਣਾ ਪੈਂਦਾ ਵਾ, ਫਿਰ ਤੁਹਾਡੇ ਗਾੜੀ ਹੱਥ ਅੱਡਾਂਗੇ ਵੀ ਦੋ ਪੈਸੇ ਤਾਂ ਅਸੀਂ ਜਾਣਾ, ਤੁਸੀਂ ਕਰਨੀਆਂ 100-100 ਗੱਲਾਂ ਸਾਨੂੰ। ਰਮਨ ਇਹੋ ਗੱਲਾਂ ਤੇ ਲੱਭਣ ਡਏ ਆ? ਨਹੀਂ ਇਹੀ ਗੱਲਾਂ ਕਰਨੀਆਂ ਨੀਗੀਆਂ। ਜਿਹੜੇ ਜਿਹਦੇ ਵੱਲ ਅਸੀਂ ਇੱਕ ਦੋ ਦਿਨ ਰੋਟੀ ਖਾ ਲਈ ਤੇ ਮੁੜ ਕੇ ਉਹਨਾਂ ਚੁੱਕੇ ਤੇ ਬਾਹਰ ਮਾਰਨਾ, ਇਹੋ ਕੰਮ ਹੀ ਹੋਣਾ, ਮੈਨੂੰ ਨੀ ਪਤਾ। ਅਸੀਂ ਨੀ ਆਪਣੇ ਹੱਥ ਵਢਾਉਣੇ, ਪੈਲੀ ਬਰਾਬਰ ਕਰਤੀ ਆ, ਨਾ ਹੀ ਤੁਹਾਨੂੰ ਕੋਈ ਦਿੰਨੇ ਆ ਤੇ ਨਾ ਤੁਹਾਡੇ ਕੋਲ ਲੈਣੇ ਆ, ਤੁਸੀਂ ਆਪਣਾ ਕਮਾਓ ਖਾਓ ਤੇ ਅਸੀਂ ਆਪਣਾ। ਇਦਾਂ ਕਰਦਾ ਵੀ ਇਹਨਾਂ ਦੀ ਪੈਲੀ ਜਿਹੜੀ ਜਿੰਨੀ ਜਿੰਨੀ ਇਹਨਾਂ ਦਾ ਹਿੱਸਾ ਬਣਦਾ ਵਾ ਤੇ ਇਹਨਾਂ ਦੇ ਨਾਲ ਨਾ ਆਉਣਾ ਵਾ। ਤੇ ਘਰ ਦੀ ਵੀ ਗੱਲ ਕਰ ਲਿਓ ਵੀ ਕੱਲ ਨੂੰ ਬਣਾਉਣਾ ਵਾ ਨਾ ਘਰ, ਇਹ ਨਾ ਕਿ ਵੀ ਸਾਡਾ ਪਿਓ ਬਣਾ ਕੇ ਦੇਵੇ। ਜਦੋਂ ਤੁਸੀਂ ਹਿੱਸਾ ਆਪੋ ਆਪਣਾ ਲੈ ਲਿਆ ਨਾ, ਜੇ 10 ਲੱਖ ਲੱਗੂਗਾ ਨਾ ਤੇ ਤਿੰਨਾਂ ਜਣਿਆਂ ਨੂੰ ਬਰਾਬਰ ਪਾਉਣਾ ਪੈਣਾ ਤੇ ਫੇਰ ਘਰ ਬਣਨਾ। ਅਵਲ ਸਾਡਾ ਤਾਂ ਕੁਛ ਬਣਦਾ ਹੀ ਨਹੀਂ ਗਾ, ਦੋਵੇਂ ਭਰਾ ਪਾਉਣ ਹਿੱਸਾ ਤੇ ਆਪਣਾ ਘਰ ਬਣਾਉਣ, ਸਾਨੂੰ ਸਾਰੀ ਉਮਰ ਦਾ ਠੇਕਾ ਨਹੀਂ ਗਾ, ਅਸੀਂ ਤਾਂ ਆਪ ਨਾ ਬਣਾਇਆ ਵਾ। ਜਿੰਨੇ ਜੋਗੇ ਹੈਗੇ ਅਸੀਂ ਤਾਂ ਮਹਾ ਇਹੋ ਤਿਆਰ ਕੀਤਾ, ਆ ਸਾਡੇ ਕੋਲ ਨਹੀਂ ਬਣਦਾ, ਆਪਣੀ ਕਮਾਈ ਕਰਨ ਤੇ ਬਣਾ ਲੈਣ, ਨਹੀਂ ਬਣਦਾ ਤੇ ਜਿੱਥੇ ਜਿੱਥੇ ਆਪਣਾ ਕਹਿੰਦਾ ਕੰਮ ਰੋਕਦਾ। 4 ਕਿੱਲੇ ਤੁਹਾਨੂੰ ਘਰੋਂ ਆਏ, 2 ਕਿੱਲੇ ਤੁਸੀਂ ਬਣਾਏ, ਘਰ ਵੀ ਬਣਾਇਆ, ਫੇਰ ਇਹਨਾਂ ਨੇ ਸਾਡਾ ਕੀ ਮੁੱਲ ਪਾਇਆ? ਅਜੇ ਵਿਆਹ ਹੋਇਆ ਨੂੰ ਕਿੰਨਾ ਚਿਰ ਹੋਇਆ ਤੇ ਕਹਿੰਦੇ ਸਾਨੂੰ ਵੱਖੋ ਵੱਖ ਕਰ ਦਿਓ, ਵੱਖੋ ਵੱਖ ਕਰ ਦਿਓ, ਅਸੀਂ ਠੇਕਾ ਥੋੜ੍ਹਾ ਲਿਆ ਵੀ ਸਾਰੀ ਉਮਰ ਇਹਨਾਂ ਦਾ ਕਰਕੇ ਮਰਦੇ ਹੀ ਰਹਿਣਾ ਵਾ, ਅਸੀਂ ਸੁੱਖ ਦਾ ਸਾਹ ਲੈਣਾ ਹੀ ਨਹੀਂ ਗਾ। ਜੇ ਤੇ ਰਮਨ ਕਪਤ ਰਿਹਾ ਇੱਦਾਂ ਤੇ ਸਾਡੇ ਕਰਮਾਂ 'ਚ ਕਿੱਥੇ ਸੁੱਖ ਆ? ਖਸਮਾਂ ਨੂੰ ਖਾਣ ਸੁੱਖ ਕਿਉਂ ਨਹੀਂ ਗਾ? ਅਸੀਂ ਕਹਿਣ ਵੀ ਆਹ ਕਰ ਲੈਣਾ, ਜੇ ਅਸੀਂ ਜਾਓ ਬਣਾਓ ਤੇ ਕਰੋ ਕੰਮ ਆਪਣਾ। ਡੈਡੀ ਚੱਲੀਏ ਫਿਰ? ਆਹੋ ਚਲੋ ਪੁੱਤ, ਤੇ ਜੋਬਨ ਹੋ ਗਿਆ ਤਿਆਰ? ਜੋਬਨ ਨਾਲ ਨਹੀਂ ਮੈਂ ਗਿਆ, ਤੁਸੀਂ ਪੁੱਛ ਲਓ ਆ ਵੀ ਜੇ ਹੋ ਗਿਆ ਤਿਆਰ ਤੇ ਫਿਰ ਚੱਲੀਏ। ਚੱਲ ਪੁੱਤ, ਇਸ ਕੰਮ ਦਾ ਤੈਨੂੰ ਬੜਾ ਸੀ, ਤੇਰਾ ਵੀ ਚਾਹ ਲੱਥ ਹੀ ਚੱਲਿਆ, ਹੋ ਚੱਲੀ ਨਾ ਪੈਲੀ। ਉਹ ਚਾਹ ਮੰਮੀ ਮੈਨੂੰ ਇਕੱਲੇ ਨੂੰ ਸੀ, ਤੁਹਾਨੂੰ ਸਾਰਿਆਂ ਨੂੰ ਸੀ ਵੀ ਵੱਖ ਹੋ ਕੇ ਰਹਿਣਾ ਵਾ। ਚੱਲ ਆਓ ਮੈਂ ਚੱਲੀਏ ਫਿਰ ਪੁਰਾਣੀਆਂ ਗੱਲਾਂ। ਚਲੋ ਆਤ ਬੜੀ ਚੁੱਕੀ ਇਹਨਾਂ ਨੇ, ਚਲੋ ਵੇਖ ਲਓ ਭਲਾ ਕੀ ਕਰਦੇ ਆ। ਚਲੋ ਲਓ ਮਾਰ ਆਵਾਜ਼ ਉਹਨੂੰ ਵੀ। ਜੋਤ ਇਹ ਪਾਣੀ ਦਾ ਘੁੱਟ ਲੈ ਕੇ ਦਿਓ ਹਾਂ ਤੇ ਨਾਲੇ ਨਾ ਉਹ ਕੱਪੜੇ ਲੈ ਦਿਓ ਮੇਰੇ ਜਿਹੜੇ ਤਿਆਰ ਕੀਤੇ ਆ। ਚੱਲੀਏ ਫਿਰ। ਮੈਂ ਜਵਨ ਪੁੱਤ ਹੋ ਗਿਆ ਤਿਆਰ? ਹਾਂਜੀ ਰੈਡੀ ਹੋ ਗਿਆ। ਹੋ ਗਿਆ ਤਿਆਰ? ਮੈਂ ਹੋ ਗਿਆ ਤਿਆਰ, ਫਿਰ ਚੱਲੀਏ। ਇਹ ਮੈਂ ਨਾ ਚੱਲਦੇ ਆ, ਪਹਿਲਾਂ ਬਹਿ ਕੇ ਸਾਜਣੇ ਗੱਲ ਕਰ ਲਈਏ। ਇੱਕ ਕਾਹਦੀ ਕਰਨੀ ਹੁਣ ਗੱਲ? ਮੈਂ ਹਾਂ ਚੱਲ ਇਹਨਾਂ ਨੂੰ ਕਹਿ ਛੱਡਣੇ ਆ ਵੀ ਜਿਹੜਾ ਹੁਣ ਕੰਮ ਹੋਣ ਡਿਆ ਰਜਾਮੰਦੀ ਨਾਲ ਹੋਣ ਡਿਆ ਸਾਰਿਆਂ ਦੇ ਨਾਲ, ਤੇ ਮੁੜ ਕੇ ਕੱਲ ਨੂੰ ਇਹ ਨਾ ਕਹਿਣ ਵੀ ਸਾਡੇ ਨਾਲ ਧੱਕਾ ਕੀਤਾ ਵਾ। ਉਹ ਵੇਖ ਲਾ ਤਾਂ ਸੁਭਾਅ ਵੀ ਚਵਲ ਜਾ, ਤੇਰੇ ਗਾਲੀ ਨਾ ਪੈ ਜੇ। ਨਹੀਂ ਨਹੀਂ ਉੱਥੇ ਬਾਹਰ ਬਹਿਨੇ ਸਾਜਣੇ, ਮੈਂ ਵੀ ਇੱਕ ਮਿੰਟ ਆ ਗਿਆ ਬਸ, ਨਹੀਂ ਬੈਠੋ ਬਾਹਰ। ਚਲੋ ਆ ਜਾਓ ਆ ਜਾਓ। ਮੇਰੀ ਗੱਲ ਸੁਣੋ। ਹਾਂਜੀ। ਡੈਡੀ ਆਏ ਸੀ ਮੇਰੇ ਵੱਲ, ਕਹਿਣ ਡੇ ਵੀ ਚੱਲੀਏ, ਤੇ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਤੁਸੀਂ ਸਾਰੇ ਨੂੰ ਬਾਹਰ ਬਿਠਾ ਲਓ ਤੇ ਸਾਰੇ ਜਿਹੜੇ ਬਹਿ ਕੇ ਤੇ ਰਜਾਮੰਦੀ ਕਰ ਲਓ ਵੀ ਹੁਣ ਜਿਹੜਾ ਕੰਮ ਹੋਣ ਲੱਗਾ ਤੇ ਸਾਰੇ ਦੀ ਸਹਿਮਤੀ ਨਾ ਹੋਣ ਲੱਗਾ। ਕੱਲ੍ਹ ਨੂੰ ਇਹ ਨਾ ਕਹਿਣ ਸਾਨੂੰ ਵੀ ਖਰੇ ਸਾਡੇ ਨਾਲ ਧੱਕਾ ਹੋ ਗਿਆ ਜਾਂ ਸਾਡਾ ਤੁਸੀਂ ਗਲਤ ਕਰਤਾ ਵਾ, ਕਿ ਤੈਨੂੰ ਪਤਾ ਜ਼ਬਾਨ ਤੇ ਉਹੋ ਜਿਹੀ ਫਿਰ ਰਹੀ ਹਨਾ। ਚਲੋ ਵੇਖ ਲਓ, ਜਿਹੜੀ ਵੀ ਗੱਲ ਕਰੋਗੇ ਬੜੇ ਆਰਾਮ ਨਾਲ ਕਰਿਓ। ਤੁਸੀਂ ਬੈਠੋ ਬਾਹਰ, ਪੋਚ ਕੱਪੜੇ ਕਿਸੇ ਮੇਰੇ
ਕੱਪੜੇ ਲੈ ਲਓ ਮੈਨੂੰ ਅੰਦਰ, ਤੁਸੀਂ ਜਾ ਕੇ ਬਾਹਰ ਪੋਰਚ 'ਚ ਬੈਠੋ ਅਤੇ ਉਹਨਾਂ ਨੂੰ ਲਵਲੀ ਹੋਣਾ ਵੀ ਸੁਣਾ ਭਿਜਵਾਓ, ਉਹਨਾਂ ਨੂੰ ਉਹ ਵੀ ਬਾਹਰ ਆਓ ਅਤੇ ਗੱਲ ਕਰਦੇ ਬਹਿ ਕੇ। ਚਲਾ ਫਿਰ ਚੱਲ ਚਲੀਏ ਕਰੀਏ ਗੱਲ ਜਾ। ਉਹ ਜੋਬਨ ਕਹਿਣ ਡਿਆ ਵਾ ਬਾਹਰ ਆਓ ਤੇ ਮੈਂ ਹਿਸਾਬ ਕਿਤਾਬ ਜਿਹੜਾ ਉਹ ਨਿਬੇੜਨਾ ਤੁਹਾਡੇ ਨਾਲ ਸਾਰਾ। ਹਿਸਾਬ ਕਿਤਾਬ ਕਿਦਾਂ ਨਿਬੇੜਨਾ? ਉਹ ਆਹੋ ਘਰ ਦਾ ਹੀ ਹਿਸਾਬ ਕਿਤਾਬ ਨਿਬੇੜਨਾ, ਹੋਰ ਕਿਹੜਾ ਨਿਬੇੜਨਾ ਉਹਨੇ। ਨਿਬੇੜਨ ਤੋਂ ਪਹਿਲਾਂ ਨਾ ਉਹਨੂੰ ਸਹੁੰ ਚੁਕਾਓ ਕਿ ਮੈਂ ਇਹ ਘਰ ਦੇ ਵਿੱਚੋਂ ਕੁਛ ਨਹੀਂ ਖਾਧਾ ਹੈਗਾ। ਸਹੁੰ ਸਾਂ ਨਹੀਂ ਮੈਂ ਚੁਕਾਉਣੀ, ਅੱਗੇ ਤੇ ਕਿੰਨੀਆਂ ਸ਼ਰਤਾਂ ਉਹਨਾਂ ਨੇ ਮੰਨਲੀਆਂ, ਹੁਣ ਸਹੁੰ ਕਿੱਥੋਂ ਚੁੱਕਣੀ ਇਹਨਾਂ ਨੇ? ਐਵੇਂ ਉਹ ਮਰੀ ਜਾਣੀ ਗੱਲ ਮੰਨ ਲਓ, ਜੇ ਸਹੁੰ ਚੁਕਾਓਗੇ ਤੇ ਚੰਗੇ ਰਹਿ ਜਾਓਗੇ, ਮੁੜ ਕੇ ਇਹਨਾਂ ਦਾ ਕੀ ਪਤਾ ਹੈ ਵਿੱਚੋਂ ਕਈ ਕੁਛ ਖਾਈ ਜਾਣ। ਤੇ ਫਿਰ ਮੈਂ ਤਾਂ ਨਹੀਂ ਆ ਕਹਿਣਾ, ਤੂੰ ਹੁਣ ਜਾ ਕੇ ਕਹਿ ਦੀ ਵੀ ਸਹੁੰ ਖਾ। ਕੋਈ ਨਹੀਂ ਮੈਂ ਹੀ ਕਹਿ ਦੂੰਗੀ। ਆਹ ਚੱਲ ਆ ਫਿਰ ਮੇਰੇ ਨਾਲ। ਚਲੋ ਫਿਰ।